coming out from the bond deal. In suku bahan pangkat setia itu, apa-apa kata pelatih non deal. उस जगह पर हम देखता हूँ दो शब्दों का दायर सब कुछ शक्ति के ऊपर करके करवाया है कि जहाँ बहुत बहुत तरह पैदा होती है अन्य भाषा स्थित हुआ अपने सारे कुछ एकम सत्ता मानी के होते तो शांति के सोमे के बावजूद श्री सुखने साहित्य बाबा ने बड़े पाठ परिणाम बंद जिस भगवान जिस पदे सपना में सारे जीवन का मूल्या के बदला किया अपने भाव के साथ अपने आश्रय किया अतिक्रमण माता राष्ट्र के लिए हम पानी के समान दिया रखन त्याग और भी सुख रहते हैं कहने लगे श्री सुखते जीवन निप्यार के लिए रतन शंडराव ने कोमिया नाले का प्यार कर दिया कोमिया में जुड़ के रतन शंडराव Thank you.
करके आपके गड़ी जाना है तो खुदाई के लिए देने करके बढ़ जाना और एक कहीं ये करना चाहिए पाप की माने देना भी ना कि भी लेना है वो आपका प्यार रखेगा तो देखना सही तो एक साथ में थे राम ने वो करना एक साथ प्रयास ना जिस रास्ते पे प्रयास ना तो उस रास्ते से राम ने मोती विशाल ने मोती मोती के नाम के करे हो गया है अखाम ये कोई अपने की भी कोई अपने कष्ट कर रहे हैं ते मोतियां सारे मोती जो नंग गए मोतियां इतना अन्य का तारे पड़े मालूम दे अपने कपिल दे मेरा कर रोड़ी पड़ी मैं के तो बता ना अन्य के मन को नहीं पड़ो मैं तो रोड़ी पड़े मैं के यार सो उसे सुने अपना मार्ग मोती की करे अन्ना के शुआ रास्ते में तो मोती की करे हो यार ते अन्ना तो यार ना ਜੋਤ ਬਿਨਾਂ ਜਗਦੀ ਸ੍ਰੀ ਜਗਤ ਲੰਘੇ ਜਾਏ ਜਿਵੇਂ ਉਸ ਅੰਨੇ ਮਨੁੱਖ ਨੂੰ ਮੋਤੀਆਂ ਦੀ ਕੋਈ ਸਮਝ ਨਹੀਂ ਆਈ ਪੈਰ ਰੱਖ ਕੇ ਲੰਘਿਆ ਤੋਂਗੇ ਕਹਿੰਦਾ ਰੋਲ ਬੜੇ ਬੈਠੇ ਆ ਇੱਦਾਂ ਹੀ ਜੋਤ ਬਿਨਾਂ ਜਗਦੀ ਅੱਗੇ ਸਿਰੇ ਚੜ੍ਹੇ ਭੱਤੀਆਂ ਲਾਲਾਂ ਵੇਖੀਆਂ
एक ही लग गया आप के लेना नहीं आई भी मेरे लिए करते करते हैं पर एक मुन्ना के लिए करता बंदा जन्ना चल मंदी इसके लिए नार्ड दस्ते रहती है जब वो तो नार्ड अपना को बोले हो जाती है फिर उठी जाओ उठी सो तो नशा में होते जो होगा ना सुबह में पढ़ना है और बड़ी दो समझी पता है मचते हुए पीछे देख के एक गल मनिया कर संग चल सकता है नाल दे जा रहे थे ठीक चलना आप जाना मैं भी जाना ये गल दूजे को जाते हैं देख के मानना कबीर साहब कहते जो मन गया ने हो गया तेरे नाम की होना है और उसी के हुआ अपने जान ਜਿਹਨਾਂ ਪ੍ਰਾਰਥਨਾ ਨੂੰ ਛੱਡ ਜਾਣਾ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਮਿਹਨਤ ਬੜੀ ਕਰਦਾ ਰਮੈਨਾ ਦੀ ਬਾਬਤ ਬੜੀ ਮਿਹਨਤ ਕਰਦਾ ਬਹੁਤ ਸੋਹਣਾ ਕੰਮ ਕਰਨ ਵਾਸਤੇ ਬੜੀ ਮਿਹਨਤ ਕਰਦਾ ਪ੍ਰਾਰਥਨਾ ਦੀ ਪ੍ਰਾਪਤੀ ਵਾਸਤੇ ਬੜੀ ਮਿਹਨਤ ਕਰਦਾ ਸ਼ਰਮ ਮਿਹਨਤ ਥੋੜ੍ਹੀ ਮਿਹਨਤ ਕਰਦਾ ਜੋੜ ਜਾਏ ਉਹਨਾਂ ਵੀ ਕਰਦਾ ਜਿਹਨਾਂ ਨੂੰ ਛੱਡੀ ਜਾਣਾ ਬਸ ਜਿੰਨਾ ਚਿਰ ਨਦੀ 'ਚ ਬੈਠਾ ਰਹਿੰਦਾ ਉਨਾ ਚਿਰ ਠੀਕ ਰਹਿੰਦਾ
जैसे कि बहुत मंडल के
ਕਿਰਪਾ ਕਰੀ ਸਾਡੇ ਆਪ ਸਾਡੀਆਂ ਭੁਲਾਂ ਸਾਡੇ ਗੁਨਾਹ ਸਾਡੇ ਐਬਾਂ ਦੇ ਅਸੀਂ ਇਸ ਸਮੇਂ ਕੁਝ ਦਿਨ ਫਿਰ ਡੋਲ ਰਹੇ ਹਾਂ ਉਹ ਆਪਣੇ ਸਵਾਗਤ ਦਾ ਸਾਡੇ ਨਾਮ ਵੱਲ ਨਾਮ ਆਪੇ ਕਰ ਆਪੇ ਵਿਚਾਰ ਪੰਜਵੇਂ ਪਾਤਸ਼ਾਹ ਨੇ ਇਹਨਾਂ ਦਾ ਸਕੀਤਾ ਸਾਡੇ ਤੇ ਸਾਡੇ ਨਿੱਜੀ ਜੀਵਨ ਨੂੰ ਵੇਖ ਕੇ ਸਾਡੇ ਸਾਹਮਣੇ ਸੱਚ ਵੀ ਰੱਖਣਾ ਵੀ ਇਸ ਸਾਧਨ ਨੂੰ ਕਿਉਂ ਹੈ ਰਾਤ ਅੱਗੇ ਬੇਨਤੀ ਵੀ ਕਰਕੇ ਦੱਸ ਕਰਕੇ ਇਹ ਨਾ ਬੇਸਮਝ ਆਪਣੀ ਆਪਣੇ ਰੂਪ ਵਾਲ ਉਸੀ ਦਇਆ ਦਾ ਧਾਰੋ ਕਿਰਪਾ ਕਰਕੇ ਆਪ ਹੀ ਨਾਮ ਕਰੋ ਇਸ ਦੁਖਦੇ ਚੁਣਦੇ ਜਾਂਦੇ ਨੂੰ ਆਪ ਹੀ ਬਚਾਓ ਅਤੇ ਕੰਮ ਸਾਡਾ ਛੁਟਾ ਜਿੱਥੇ ਸਾਰਾ ਅੰਗੀਠਾ ਜਗ ਪ੍ਰਭਾਵ ਕੀਤੇ ਫੜੇ ਪਏ ਦਰਸ਼ਨ ਮੰਨ ਰਹੇ ਹੈ ਸਮਾਜ ਸੇਵੀ ਹੋ ਅਤੇ ਨਾਲ ਅਗਲਾ ਸ਼ਬਦ ਮੈਂ ਜਿਹੜਾ ਵਰਤਦੇ ਹਾਂ ਵਪਾਰੀ ਲੋਕ ਤਿਰਥ ਆਸ਼ਰਮ ਸੁਣਾਉਣ ਵਾਲੇ ਸਮਾਜ ਸੇਵੀ ਲੋਕ ਵੀ ਹੈਗੇ ਨੇ ਤਿਰਥ ਆਸ਼ਰਮ ਸੁਣਾਉਣ ਵਾਲੇ ਵਪਾਰੀ ਲੋਕ ਵੀ ਹੈਗੇ ਉਹ ਵੀ ਹੈਗੇ ਹੈ ਜਿਹੜੇ ਨੈਤਿਕਤਾ ਦੇ ਆਧਾਰ ਤੇ ਜਿਹਨਾਂ ਨੂੰ ਕੋਈ ਵੀ ਸੰਭਾਲਦਾ ਨਾ ਵਾਰਸ ਉਹਨਾਂ ਨੂੰ ਸੰਭਾਲਦੇ ਆ ਉਹ ਸਮਾਜ ਸੇਵਾ ਕਰਦੇ ਨੇ ਵਪਾਰੀ ਉਹ ਹੈ ਜਿਹੜੇ ਇਹਨਾਂ ਦੀ ਸੰਭਾਲ ਦੇ ਨਾਮ ਤੇ ਲੋਕਾਂ ਨਾਲ ਠੱਗੀਆਂ ਵੀ ਵਰਤਦੇ ਆ ਫਿਰ ਦਰਸ਼ਨ ਬਣਾਉਣਾ ਮਜਬੂਰੀ ਹੈ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਜਿਹਨਾਂ ਨੂੰ ਪਰਿਵਾਰ ਧੱਕਾ ਦੇ ਦਿੰਦਾ ਉਹਨਾਂ ਦੀ ਸਮਾਜ ਵੱਲੋਂ ਸੰਭਾਲ ਕੀਤੇ ਜਾਣਾ ਇੱਕ ਨੈਤਿਕ ਫਰਜ਼ ਹੈ ਜ਼ਿੰਮੇਵਾਰੀ ਸਮਾਜ ਵੀ ਇੱਕ ਪਰਿਵਾਰ ਆ ਇਹ ਬਹੁਤ ਵੱਡੀ ਪ੍ਰਾਪਤੀ ਨਹੀਂ ਇਹਨੂੰ ਸਿਆਣੇ ਅਤੇ ਸਮਝਦਾਰ ਲੋਕ ਇਹ ਕਲੰਕ ਸਮਝਦੇ ਆ ਕਿ ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਘਰਾਂ ਤੋਂ ਹਟਕੇ ਹੀ ਨਾ ਧੱਕਾ ਹੀ ਨਾ ਦੇਈਏ ਤਾਂ ਇਹ ਫਿਰ ਦਰਸ਼ਨ ਬਣਾਉਣ 'ਤੇ ਕੋਈ ਲੋੜ ਨਹੀਂ ਇਹ ਮਜ਼ਬੂਰੀ ਹੈ ਜਿਹੜੇ ਬਣਾਏ ਜਾ ਰਹੇ ਨੇ ਪਰ ਮੈਂ ਹੈਰਾਨ ਹੋ ਗਈ ਬਨਸਪਤੀ ਦੇ ਭਲੇ ਲਈ ਜੀਵ ਜੰਤੂਆਂ ਦੇ ਭਲੇ ਲਈ ਇਹਨਾਂ ਹੱਡੀਆਂ ਨੂੰ ਸਵਾਹ ਪਾਣੀ
ਅਗੇਤੇ ਨੂੰ ਸੰਭਾਲਣਾ ਜ਼ਰੂਰੀ ਹੈ। ਆਪਾਂ ਪਿੰਡਾਂ 'ਚ ਵੇਲੇ ਹਾਂ, ਪਿੰਡ ਦਾ ਰਕਬਾ ਤਾਂ 5000 ਵਾਈ ਲੋਕ ਜੀ, ਭਾਵੇਂ 5000 ਰੁਪਇਆ ਹੋਵੇ, ਭਾਵੇਂ 7000 ਰੁਪਇਆ ਹੋਵੇ, ਸਿਹਤ ਪੂਰੀ ਕਨਾਲਾ ਹੀ ਹੁੰਦੀਆਂ ਨੇ ਸਾਰੇ ਪਿੰਡ ਦੀ ਉਹ ਵਾਰ ਕਰੀ ਹੁੰਦੀ ਹੈ। ਤਾਂ ਇਸ ਏਜੰਸੀ ਕਿ ਤੁਸੀਂ ਇਸ ਥਾਂ 'ਤੇ ਅੰਦਰ ਸੰਸਕਾਰ ਕਰ ਲਿਆ, ਅਗੀਠਾ ਠੰਡਾ ਹੋ ਗਿਆ, ਚੱਕੋ ਥਾਂ ਸਾਫ਼ ਕਰੋ, ਕਿਸੇ ਹੋਰ ਨੂੰ ਕਰੋ ਲੋਣ ਪਏ ਕੋਈ ਪਤਾ ਨਹੀਂ। ਅਗੀਠਾ ਚੱਕਣਾ ਅਤੇ ਸੰਭਾਲਣਾ ਹੁੰਦੀ ਹੈ, ਇੱਕ ਮਤਲਬ ਥਾਂ ਦੀ ਸਫਾਈ ਰਵੇ, ਉਹਦੀਆਂ ਬੋਲੀਆਂ ਹੱਟੀਆਂ ਦੇਖ ਕੇ ਪਹਿਲਾਂ ਪਹਿਲਾਂ ਦੇ ਵਿੱਚ ਜਿਹੜੀਆਂ ਹੱਡੀਆਂ ਲੋੜੀਆਂ ਨੇਗੀਆਂ ਨਾ ਬਦਲ ਨਹੀਂ ਸੀ ਕੋਈ, ਇਹ ਮਤਲਬ ਇਹ ਸੰਭਾਲਣਾ ਜ਼ਰੂਰ ਹੈ। ਇਹਦੇ 'ਚ ਮੁਕਤੀ ਨਾ ਪਾਲੋ, ਇੱਕ ਤੀਜੇ ਦੇ ਜਾ ਕੇ ਜਿਹੜਾ ਆਪਾਂ ਕਰਦੇ ਹਾਂ ਅਗੀਠੇ ਨੂੰ ਚੱਕਣ ਤੋਂ ਪਹਿਲਾਂ ਉਹ ਸਵਾਹ ਦੀ ਕਮੀ ਜੀ ਢੇਰੀ ਜੀ ਬਣਾ ਕੇ ਉਹਦੇ ਆਲੇ ਦੁਆਲੇ ਗੱਛੀਆਂ ਤਿਆਰ ਕੀਤੀਆਂ ਕਰਦੇ ਸੀ। ਕੀਰਤ ਸੁਵਿਧਾ ਪੜ੍ਹੀ ਜਾਂਦੇ ਹਾਂ, ਨਾਲੇ ਕਿਲੀਆਂ ਅਤੇ ਘਰ ਦਾ ਚੱਕੀ ਕਰਦੇ ਹਾਂ, ਜਿੱਥੇ ਅਸੀਂ ਸੁਖਮਨਾ ਸਾਹਿਬ ਦਾ ਪਾਠ ਕਰਤਾ ਉੱਥੇ ਇਹ ਵੈਨ ਕੱਢ ਅਤੇ ਉੱਥੇ ਹੁਣ ਕਿਲੀਆਂ ਗੱਡੀਏ ਅਤੇ ਧਾਗਾ ਵਾਲੀਏ। ਇਹ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਇੱਥੇ ਲਗਭਗ 99% ਅਸੀਂ ਆਪਣੇ ਗੁਆਂਢੀ ਧਰਮ ਦੀ ਨਕਲ ਕਰਦੇ ਹਾਂ। ਸਾਡੇ ਗੁਆਂਢੀ ਧਰਮ ਦੀਆਂ ਇਹ ਧਾਰਮਿਕ ਪ੍ਰਵੇਦਾਂ ਨੇ, ਅਤੇ ਜੇ ਕੋਈ ਉਸ ਧਰਮ ਨਾਲ ਜੁੜਿਆ ਰਿਹਾ ਤਾਂ ਉਹ ਮਵਾਲ ਕਰੋ ਆਪਣੇ ਧਰਮ 'ਚ ਪਕਾ ਮਰੇ, ਕੋਈ ਰਿਵਾਜ਼ ਨਹੀਂ। ਇੱਕ ਬੰਦੇ ਨੂੰ ਮੈਂ ਸੁਣਿਆ, ਉਹ ਬੜਾ ਹੀ ਸਦਕੇ ਆਪਣੇ ਧਰਮ ਦੀਆਂ ਰਵੇਦਾਂ ਵਿੱਚ ਪੱਕਾ ਰਵੇ, ਕੋਈ ਇਤਰਾਜ ਨਹੀਂ ਹੈ। ਪਰ ਇੱਕ ਸਿੱਖ ਲਈ ਜੋ ਕਹਿਣਾ ਗੁਰੂ ਨੇ ਸਾਨੂੰ ਕਿਹਾ, ਇੱਕ ਸਿੱਖ ਲਈ ਸਭ ਬੰਦੇ ਇਹ ਗੁਰੂ ਸਭ ਦਾ ਗੁਰਿਆ ਕੌਣ ਭਲੇ ਗੁਰੂ ਆਉਂਦੇ, ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਕਿਹੜੇ ਮੁਸਲਮਾਨਾਂ ਨੂੰ ਮਸੀਹ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੀਦਾ। ਗੁਰਬਾਣੀ
ਵਾਹਿਗੁਰੂ 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 ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਸ੍ਰੀ ਭਗਵਤੀ ਜੀ ਸਹਾਈ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਕਰਤ ਭਗਵਤੀ ਸਿਮਰ ਕੀ ਗੁਰੂ ਨਾਨਕ ਨੇ ਧਿਆਈ ਪ੍ਰਗਟੋਤੀ ਅਮਰਦਾਸ ਰਾਮਦਾਸ ਵੀ ਸਹਾਈ ਅਰਜਨ ਹਰ ਕੋ ਬਿੰਦਨ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਤ ਖਜਾਏ ਤੇਗ ਬਹਾਦਰ ਸਿਮਰੀ ਹੈ ਘਰ ਨੌ ਨਦਿਆਏ ਧਾਏ ਸਤਿ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਣਾ ਨੇ ਸਹਾਇ ਦਸਾਂ ਪਾਤਸ਼ਾਹੀ ਜੋਤਾਂ ਚੁੱਕੀ ਉਰਬਾਣੀ ਕੇ ਗੋਇਰ ਚੱਪਟ ਦੇ ਮਹਾਰਾਜ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਦਾਤਾ ਧੰਤਰ ਪੁਰਨਾ ਜੀ ਵਾ ਪੰਜਾਂ ਤਰਤਾਂ ਸਰਬੱਤ ਗੁਰਦੁਆਰਿਆਂ ਦਾ ਧੰਤਰ ਪੁਰਨਾ ਜੀ ਵਾ
समाजिक तौर पर की किया कि नहीं किया, तो नाले परिवार को कितनी लोड़ थी उस प्राणी दे चला गया। अंकल गदीप सिंह जी, जे मैं परिवार को लोड़ की गल करा, जो कोई शानदार दरख्त जो किसी घर चो पटिया जाता उस घर को ही पता होता कि सरदार गुरदीप सिंह की पिछे परिवार को बड़ी वड्डी बहुत ज्यादा लोड़ सी। मेरे वीर जगप्रीत बलप्रीत भैन जी, इन्होंने बड़ी लोड़ सी आपके फादर के, बजुर्ग जो घर होंगे तो बेपरवाही होंगी। मेरे भरावों को बड़ी बेपरवाही थी। जो मैं जगप्रीत की गल करा तो मुक्तसर श्री मुक्तसर साहब रहते हैं, उन्होंने कोई फिक्र नहीं होता सी पिंड का। जो मेरा छोटा वीर गुरप्रीत विदेश जाके आया तो उन्होंने कोई फिक्र नहीं थी उन्होंने होते, बड़ी लोड़ सी परिवार को, भरावों को बड़ी लोड़ सी। क्योंकि जो ये दरख्त शानदार पट्टा जाता वो थान के दरख्त शानदार दरख्त बड़ा टाइम लगता लगन, बड़ी लोड़ सी परिवार को। उसी जे मैं गल करा समाजिक तौर पर उन्होंने आपके पिंड वास्ते बड़े काम किए, क्योंकि नंबरदारी की जो लोड़ होती सी हर एक आदमी के नाल खिड़े मथे जाना ये कोई छोटी गल नहीं होती। परिवार वास्ते जिते काम किए उसे आपके आले दुआले वास्ते आपके पिंड वास्ते बड़े काम किए। जो भी हमेशा आप कदर होंगे किसी इकट्ठ से शोकमई इकट्ठ से आप गल्लां बातां करके मुड़ जाते, पर जिहड़ियां चंगाइयां जिहड़ा प्राणी चला जाता जे आपां वो ग्रहण करके जाइए सच्ची श्रद्धांजलि हुई होती। बड़िया चंगाइयां सी अंकल जी, आपां वो चंगाइयां जिहनूं ग्रहण करके जानियां चाहीदियां। बुलारे तो बड़े आए हैं क्योंकि गर्मी को देखते टाइम देखते सारे बुलारे टाइम नहीं दे सकते, क्योंकि मेरे निगाह च सारे ही जिहड़े नेड़े तेड़े दे सरपंच 20-25 सरपंच साहब बैठे आ, शोक बंदे आए आ। पंजाब राज खेतीबाड़ी सहकारी सभा कर्मचारी यूनियन पंजाब के पंजाब प्रधान अंकल जरोर सिंह जटाणा ये शोक बंदा लेके आए आ, परिवार नाल दुख साझा करते हैं। डीसी दफ्तर कर्मचारी यूनियन श्री मुक्तसर साहब तो प्रधान जी वरिंदर ढेसीवाल जी वो लेके आए शोक बंदा, उसे सरकारी एलीमेंट्री स्कूल तो लुधियाणा तो ढेसीवाल साहब शोक बंदा लेके आए हैं। हुण मैं श्री सरदार राजेंद्र सिंह जी पप्पू छिबरेवाला आके अंकल जी शरदा से फुलपीट कर अंतम अरदास जुड़ बैठी गुरु रूपी साध संगत फतेह की सांझ पाइए रस्मों करिए पवित्र वाहगुरू जी का खालसा वाहगुरू जी की फतेह। जिस तरह मेरे तो पहले मेरे छोटे वीर कुशविंदर ने विस्तार परिवार बारे दसिया, साड़ी इस परिवार में बड़ी नजदीकी रिश्तेदारी, इस परिवार ने नगर लिए इलाके अहम योगदान पाया। अच बहुत बड़ी घाट महसूस हुई जगप्रीत को गुरप्रीत को खास तौर पर भरावान, खास तौर पर भरावान सरदार सुरजीत सिंह ते सरदार दलविंदर सिंह को। यह परिवार बड़े बंदे जो बच्चे बाहर जाते हैं तो बड़े बंदे घर जाते हैं सब को पता नहीं लगता, जो वो चले जाते हैं उन्होंने घर का बाद में पता लगता। अपने काम सारी दुनिया करती है पर काम वो होंगे वधिया इंसान वो होंगे जो समाज लिए कुछ करते हैं, किसी लिए काम करके अपना काम गवा के जाना बहुत बड़ी गलत करती है। मैं गर्मी
बापू जी ने जिन्हें दसिया परिवार ने बड़ी सेवा की। मेरे वे वीर जसपाल ने पिछले पांच साल पहले पांच साल सरपंच की। सरपंच जी जो आप पिंड की सेवा करते जो सारा परिवार हिम्मत नाल नाल ला के सेवा करे तो फिर ही पिंड की सेवा हो सकती। ਤਾਂ ਕਿ ਉਹਨੇ ਮੇਰੇ ਵੱਡੇ ਜਸਪਾਲ ਦੇ ਨਾਲ ਮੋਢਾ ਨਾਲ ਮੋਢੇ ਲਾ ਕੇ ਪਿੰਡ 'ਚ ਸੇਵਾ ਕੀਤੀ। ਇਸੇ ਸ਼ੋਕਮਈ ਇਸ ਸਮਾਗਮ 'ਚ ਮੈਡਮ ਵੀਰਪਾਲ ਕੌਰ ਜੀ ਸਹਾਇਕ ਕਮਿਸ਼ਨਰ ਪਹੁੰਚੇ ਆ, ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਆ। ਹੁਣ ਮੈਂ ਸਰਦਾਰ ਪ੍ਰਭਾਤ ਸਿੰਘ ਜੀ ਬਾਟੀ ਮਾਣਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਇਸ ਹਲਕੇ ਦੇ ਇੰਚਾਰਜ ਆਉਣ, ਜਿੱਥੇ ਅੰਕਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਨਾਲ ਹੀ ਜਿੰਨੀਆਂ ਸੰਗਤਾਂ ਇੱਥੇ ਆਈਆਂ ਉਹਨਾਂ ਦਾ ਧੰਨਵਾਦ ਕਰ ਪਾਟੀ ਮਾਣਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਹੁਤ ਹੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪੀ ਗੁਰੂ ਪਿਆਰੀ ਸਾਧ ਸੰਗਤ ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਬਹੁਤ ਹੀ ਦੁੱਖ ਦੀ ਘੜੀ ਵਿੱਚ ਜੁੜ ਕੇ ਸਾਡੇ ਸਤਿਕਾਰਯੋਗ ਗੁਰੂ ਸਰਦਾਰ ਗੁਰਦੀਪ ਸਿੰਘ ਹੋਰਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਬਹੁਤ ਦੁੱਖ ਦੀ ਘੜੀ ਹੈ ਪਰਿਵਾਰ ਨੂੰ, ਨਗਰ ਨੂੰ, ਸਮੁੱਚੇ ਇਲਾਕੇ ਨੂੰ ਬੜੀ ਵੱਡੀ ਕਾਲ ਪਈ। ਜਿਵੇਂ ਮੇਰੇ ਤੋਂ ਪਹਿਲਾਂ ਬੋਲਦੇ ਬੁਲਾਰੇ ਸਾਹਿਬਾਨਾਂ ਨੇ ਜ਼ਿਕਰ ਕੀਤਾ ਕਿ ਇਸ ਪਰਿਵਾਰ ਦੀ ਇਸ ਨਗਰ ਪ੍ਰਤੀ ਅਤੇ ਇਲਾਕੇ ਪ੍ਰਤੀ ਬੜੀ ਵੱਡੀ ਸੇਵਾ ਹੈ। ਸਾਰਾ ਪਰਿਵਾਰ ਹੀ ਰਲ ਕੇ ਜਿਹੜਾ ਵੀ ਕੋਈ ਲੋੜਵੰਦ ਹੈ ਉਹਦੇ ਵਾਸਤੇ ਜਾ ਕੇ ਖੜਾ ਹੁੰਦਾ। ਮੇਰੀ ਇਸ ਪਰਿਵਾਰ ਨਾਲ ਬਹੁਤ ਹੀ ਨੇੜੇ ਦੀ ਰਿਸ਼ਤੇਦਾਰੀ ਵੀ ਹੈ ਅਤੇ ਬੜੀ ਪੂਰੀ ਸਾਂਝ ਵੀ ਹੈ। ਮੈਂ ਕੱਲ੍ਹ ਵੀ ਮੇਰੇ ਵੱਡੇ ਵੀਰ ਸਰਦਾਰ ਜਸਪਾਲ ਸਿੰਘ ਹੋਰਾਂ ਕੋਲੇ ਜਾ ਕੇ ਆਇਆ, ਕਿਉਂਕਿ ਉਹਨਾਂ ਨੇ ਵੀ ਪਿਛਲੇ ਦਿਨੀ ਬੜੀ ਬਿਮਾਰੀ ਨਾਲ ਸੰਘਰਸ਼ ਕੀਤਾ। ਉੱਥੇ ਵੀ ਗੱਲਾਂ ਇਹੀ ਕਰਦੇ ਰਹੇ ਸੀ। ਮੈਨੂੰ ਇਸ ਗੱਲ ਦਾ ਦੁੱਖ ਰਹੂਗਾ ਕਿ ਮੈਂ ਅੰਤਿਮ ਅਰਦਾਸ ਵਿੱਚ ਸ਼ਾਮਲ ਨਹੀਂ ਹੋ ਸਕਿਆ, ਲੇਟ ਆਇਆ, ਪਰ ਕੁਝ ਮਜਬੂਰੀਆਂ ਹੋਣ ਕਰਕੇ ਆਪਦੇ ਜਾਣੇ ਕੋਸ਼ਿਸ਼ ਕੀਤੀ ਸੀ ਸਮੇਂ ਨਾਲ ਪਹੁੰਚੀਏ, ਥੋੜ੍ਹਾ ਲੇਟ ਹੋ ਗਿਆ, ਇਸ ਗੱਲ ਦਾ ਵੀ ਹਮੇਸ਼ਾ ਦੁੱਖ ਰਹੂ। ਸੋ ਮੈਂ ਆਪਦੇ ਵੱਲੋਂ, ਆਪਦੇ ਪਰਿਵਾਰ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਥੇ ਸਰਦਾਰ ਗੁਰਦੀਪ ਸਿੰਘ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਬੇਨਤੀ ਕਰਦਾ ਕਿ ਉਹਨਾਂ ਨੂੰ ਆਪਦੇ ਚਰਨਾਂ 'ਚ ਨਿਵਾਸ ਸਥਾਨ ਬਖਸ਼ਣ, ਮਗਰ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਅਤੇ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ। ਅੱਜ ਇਸ ਦੁੱਖ ਦੀ ਘੜੀ 'ਚ ਤੁਸੀਂ ਸਾਰੇ ਸਮੁੱਚੇ ਇਲਾਕੇ 'ਚੋਂ ਰਿਸ਼ਤੇਦਾਰ, ਦੋਸਤ, ਮਿੱਤਰ ਬੜੀ ਵੱਡੀ ਗਿਣਤੀ ਵਿੱਚ ਦੁੱਖ ਨੂੰ ਸਾਂਝਾ ਕਰਨ ਵਾਸਤੇ ਆਏ ਹੋ। ਸਿਆਣੇ ਕਹਿੰਦੇ ਆ ਕਿ ਖੁਸ਼ੀ ਵਟਾਇਆ ਵੱਧਦੀ ਹੈ, ਦੁੱਖ ਵਟਾਇਆ ਘਟਦਾ ਹੈ। ਇੰਨੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਮੈਂ ਪਰਿਵਾਰ ਵੱਲੋਂ ਯਕੀਨਨ ਇਹ ਗੱਲ ਕਹਿ ਸਕਦਾ ਕਿ ਤੁਹਾਡੇ ਇੱਥੇ ਆਉਣ ਨਾਲ ਸਾਨੂੰ ਸਮੁੱਚੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਵਾਸਤੇ ਬੜਾ ਹਿੰਮਤ ਅਤੇ ਹੌਸਲਾ ਮਿਲਿਆ। ਜਿੰਨੇ ਕਦਮ ਤੁਸੀਂ ਇੱਥੇ ਚੱਲ ਕੇ ਆਏ ਸਾਡੇ ਸਮੁੱਚੇ ਪਰਿਵਾਰ ਦੇ ਸਿਰਬੰਦੇ, ਮੈਂ ਸਾਰੀ ਸੰਗਤ ਦਾ ਹੀ ਕੋਟਨ ਕੋਟ ਧੰਨਵਾਦ ਕਰਦਾ ਹਾਂ।